ਮਾਈਕ ਉੱਪਰ ਕਰ ਹਾਂ ਹੋਰ ਨੀਚੇ ਕਰੋ ਮਾਈਕ ਯਾਰ ਮਾਈਕ ਨੀਚੇ ਕਰ ਸਰ ਕੈਮਰਾ ਵੱਲ ਫੇਸ ਕਰਕੇ ਸਾਥੀਆਂ ਦੇ ਬੰਦੇ ਨਾਲ ਇੱਕ ਕਿਸਾ ਤਾਰੀ ਜਿਹੜੇ ਵਿਦਿਆਰਥੀ ਆ ਜਾਂ ਪਲੇਅਰ ਆ ਉਹਨਾਂ ਦਾ ਟੂਰਨਾਮੈਂਟ ਸੀ ਇੱਕ ਕੋਈ ਸਮਾਂ ਸੀਗਾ ਹਾਕੀ ਦੇ ਵਿੱਚ ਪੰਜਾਬ ਦਾ ਨਾਮ ਸੀਗਾ ਤੇ ਬਹੁਤ ਸਾਰੇ ਖਿਡਾਰੀ ਖੇਡਦੇ ਅੱਜ ਪਛੜ ਗਿਆ ਕੀ ਮੰਗ ਕੀ ਕੀ ਕਾਰਨ ਪੰਜਾਬ ਦਾ ਸਾਰੀ ਦੁਨੀਆ ਦੇ ਵਿੱਚ ਇਹ ਨਹੀਂ ਇਕੱਲੇ ਭਾਰਤ ਦੇ ਵਿੱਚ ਜਾਂ ਏਸ਼ੀਆ ਦੇ ਵਿੱਚ ਬਲਕਿ ਸਾਰੀ ਦੁਨੀਆ ਦੇ ਵਿੱਚ ਜਿਹੜੀ ਹਾਕੀ ਆ ਉਹ ਇੰਡੀਆ ਦੀ ਵਧੀਆ ਹੁੰਦੀ ਸੀ ਅਤੇ ਇੰਡੀਆ ਦੇ ਸਾਰੇ ਪਲੇਅਰ ਜਿਹੜੇ ਸੀ ਉਹ ਤਕਰੀਬਨ ਜਿਹੜੇ ਪੰਜਾਬ ਦੇ ਹੁੰਦੇ ਸੀ ਪਰ ਅੱਜ ਅਸੀਂ ਬਹੁਤ ਪਛੜ ਗਏ ਹਾਂ ਔਰ ਕਾਰਨ ਕਈ ਨੇ ਇੱਕ ਤਾਂ ਗੌਰਮੈਂਟਾਂ ਨੇ ਜਿਸ ਤਰ੍ਹਾਂ ਇਹ ਜਿਹੜੇ ਪਲੇਅਰ ਹੁੰਦੇ ਨੇ ਉਹਨਾਂ ਦੀ ਸੇਵਾ ਕਰਨੀ ਉਹਨਾਂ ਨੂੰ ਪ੍ਰੋਪਰ ਕੋਚਿੰਗ ਦੇਣੀ ਸਭ ਕੁਝ ਉਹ ਇੰਤਜ਼ਾਮ ਕਰਨਾ ਚਾਹੀਦਾ ਇੱਧਰ ਧਿਆਨ ਨਹੀਂ ਦਿੱਤਾ ਆਪੋ ਆਪਣੇ ਕੰਮਾਂ ਦੇ ਵਿੱਚ ਫਸੇ ਫਿਰਦੇ ਨੇ ਜਿਸ ਕਰਕੇ ਹੁਣ ਹਾਕੀ ਦੀ ਜਿਹੜੀ ਪੋਜੀਸ਼ਨ ਹੈ ਉਹ ਏਡੀ ਵਧੀਆ ਨਹੀਂ ਜਿੰਨੀ ਪਹਿਲਾਂ ਹੁੰਦੀ ਸੀ ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਆ ਇੰਡੀਆ ਦਾ ਬਹੁਤ ਵੱਡਾ ਨਾਂ ਅਤੇ ਅੱਜ ਤੁਸੀਂ ਇਹ ਸਟੇਡੀਅਮ ਦੇਖਿਆ ਜਾਂ ਜਦੋਂ ਤੁਸੀਂ ਆਏ ਹੋ ਇੱਕ ਵੀ ਲੋਕ ਨਹੀਂ ਹੈਗਾ ਤਾਂ ਕੀ ਕਾਰਨ ਮੰਨਦੇ ਹੋ ਕਿਉਂ ਇੰਨਾ ਲੋਕ ਇਹਦੇ ਹਾਕੀ ਦਾ ਮੂੰਹ ਮੋੜ ਗਏ ਇਹ ਤਾਂ ਜਦੋਂ ਓਪਨਿੰਗ ਹੁੰਦੀ ਆ ਮੋਸਟਲੀ ਉਦੋਂ ਲੋਕ ਘੱਟ ਆਉਂਦੇ ਨੇ ਜਦੋਂ ਇਹ ਰੋਜ਼ ਹੁਣ ਪਤਾ ਲੱਗੂ ਕਈਆਂ ਨੂੰ ਪਤਾ ਹੀ ਨਹੀਂ ਆ ਜਦੋਂ ਹੁਣ ਤੁਸੀਂ ਮੀਡੀਆ ਦੇ ਰਾਹੀਂ ਲੋਕਾਂ ਨੂੰ ਪਤਾ ਲੱਗ ਜੂਗਾ ਤਾਂ ਮੇਰਾ ਖਿਆਲ ਲੋਕ ਆਉਣਗੇ ਵੇਖਣ ਆਉਣਗੇ ਜਿਹੜੇ ਚਾਹੁੰਦੇ ਬ੍ਰਹਮਪੁਰਾ ਜੀ ਅੱਜ ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਹੁਣ ਬੀਜੇਪੀ ਦਾ ਸਵਾਲ ਉਠਾਇਆ